ਪੰਜਾਬ ਵਿੱਚ ਚੱਲ ਰਹੀਆਂ ਕਈ ਸ਼ਿਵ ਸੈਨਾ ਜਥੇਬੰਦੀਆਂ ਇਕਜੁੱਟ ਹੋ ਗਈਆਂ ਨੇ। ਇਸ ਦੇ ਪਿੱਛੇ ਮੁੱਖ ਮਕਸਦ ਹਿੰਦੂਆਂ ਨਾਲ ਹੋ ਰਹੇ ਅਤਿਆਚਾਰ ਨੂੰ ਦੱਸਿਆ ਜਾ ਰਿਹਾ ਹੈ, ਜਿਸ ਲਈ ਇਹਨਾਂ ਜਥੇਬੰਦੀਆਂ ਦਾ ਨਾਮ ਸ਼ਿਵ ਸੈਨਾ ਟਕਸਾਲੀ ਰੱਖਿਆ ਗਿਆ। ਉੱਥੇ ਹੀ ਇਸ ਮੌਕੇ ਮੁੱਖ ਤੌਰ 'ਤੇ ਪਹੁੰਚੇ ਸ਼ਿਵ ਸੈਨਾ ਦੇ ਅਧਿਕਾਰੀ ਸੁਰਿੰਦਰ ਕੁਮਾਰ ਸੂਰੀ ਨੇ ਦੱਸਿਆ ਕਿ ਹਿੰਦੂਆਂ 'ਤੇ ਕੀਤੇ ਜਾ ਰਹੇ ਅਤਿਆਚਾਰ ਨੂੰ ਦੇਖਦੇ ਹੋਏ ਸਾਰੇ ਹਿੰਦੂ ਅਤੇ ਸ਼ਿਵ ਸੈਨਾ ਸੰਗਠਨ ਵੱਲੋਂ ਇਸ ਪਾਰਟੀ ਦਾ ਗਠਨ ਕੀਤਾ ਗਿਆ। ਲਾਲੀ ਰਾਸ਼ਟਰੀ ਅਧਿਕਸ਼ ਸ਼ਿਵ ਸੈਨਾ ਟਕਸਾਲੀ, ਅਸੀਂ ਸ਼ਿਵ ਸੈਨਾ ਟਕਸਾਲੀ ਦਾ ਗਠਨ ਇਸ ਕਰਕੇ ਕੀਤਾ ਕਿ ਪਿਛਲੇ ਸਮੇਂ ਤੋਂ ਸਾਡੇ ਸਨਾਤਨ ਧਰਮ ਨਾਲ ਬਹੁਤ ਧੱਕੇ ਹੋ ਰਹੇ ਸੀ। 84 ਵਿੱਚ ਸਾਨੂੰ ਜਾੜਿਆ ਗਿਆ, ਸ਼੍ਰੀਨਗਰ ਵਿੱਚੋਂ ਸਾਨੂੰ ਜਾੜਿਆ ਗਿਆ, ਦੂਜੀਆਂ ਸਟੇਟਾਂ ਵਿੱਚੋਂ ਸਾਨੂੰ ਜਾੜਿਆ ਜਾਂਦਾ। ਇਸ ਲਈ ਅਸੀਂ ਇਹਦਾ ਗਠਨ ਕੀਤਾ ਕਿ ਹੁਣ ਧੱਕਾ ਬਰਦਾਸ਼ਤ ਨਹੀਂ ਕੀਤਾ ਜਾਏਗਾ। ਜੇ ਸਾਡੇ ਕਿਸੇ ਭਰਾ ਨਾਲ ਵੀ ਕਿਸੇ ਵੀ ਜਗ੍ਹਾ 'ਤੇ ਕੋਈ ਧੱਕਾ ਹੋਇਆ ਤਾਂ ਉਹਦਾ ਇੱਟ ਦਾ ਜਵਾਬ ਪੱਥਰ ਨਾਲ ਦਿੱਤਾ ਜਾਏ। ਅੱਜ ਅਸੀਂ ਇੱਕ ਨਵਾਂ ਯੂਨਿਟ ਤਿਆਰ ਕੀਤਾ ਸ਼ਿਵ ਸੈਨਾ ਟਕਸਾਲੀ। ਸ਼ਿਵ ਸੈਨਾ ਟਕਸਾਲੀ ਦੀ ਜ਼ਰੂਰਤ ਇਸ ਲਈ ਪਈ ਸਾਨੂੰ ਕਿਉਂਕਿ ਜਿਹੜੇ ਸਾਡੇ ਬਾਕੀ ਗਰੁੱਪ ਨੇ ਉਹ ਕੋਈ ਵੀ ਕਿਸੇ ਵੀ ਧਰਮ ਵਾਸਤੇ ਕੰਮ ਨਹੀਂ ਕਰ ਰਹੇ, ਖਾਸ ਕਰਕੇ ਆਪਣੇ ਧਰਮ ਵਾਸਤੇ ਵੀ ਕੰਮ ਨਹੀਂ ਕਰ ਰਹੇ। ਉਹਨੂੰ ਮੱਦੇਨਜ਼ਰ ਰੱਖਦੇ ਹੋਏ ਔਰ ਕੁਛ ਆਪਣੇ ਜਿਹੜੇ ਨੌਜਵਾਨ ਸਾਥੀ ਨੇ ਜਿਹੜੇ ਭਟਕੇ ਸੀਗੇ ਟਕਸਾਲੀ ਸੀਗੇ ਔਰ ਉਹਨਾਂ ਨੂੰ ਨਾਲ ਲੈ ਕੇ ਅਸੀਂ ਆਪਣਾ ਇੱਕ ਟਕਸਾਲੀ ਯੂਨਿਟ ਤਿਆਰ ਕੀਤਾ। ਇਹ ਖਾਲੀ ਪੰਜਾਬ ਦੇ ਵਿੱਚ ਹੀ ਨਹੀਂ, ਇਹ ਪੂਰੇ ਭਾਰਤ ਦੇ ਵਿੱਚ ਤਿਆਰ ਕੀਤਾ ਗਿਆ ਔਰ ਹਰ ਸਟੇਟ ਦੇ ਵਿੱਚੋਂ ਬੰਦੇ ਲੈ ਕੇ ਕੰਮ ਕੀਤਾ ਜਾਏਗਾ ਔਰ ਬੜੀ ਜ਼ੋਰ ਸ਼ੋਰ ਨਾਲ ਆਪਣੇ ਸਨਾਤਨ ਧਰਮ ਨੂੰ ਉੱਚਾਈਆਂ ਤੱਕ ਲੈ ਕੇ ਜਾਇਆ ਜਾਏਗਾ। ਔਰ ਜੇ ਇਹਦੀ ਐਕਟੀਵਿਟੀ ਰਹੇਗੀ, ਜੇ ਕਿਸੇ ਵੀ ਸਾਡੇ ਕਿਸੇ ਵੀ ਭਰਾ ਨੂੰ ਕੋਈ ਵੀ ਪ੍ਰੋਬਲਮ ਆਉਂਦੀ ਹੈ, ਕਿਤੇ ਵੀ ਖਾਲੀ ਅੰਮ੍ਰਿਤਸਰ ਦੇ ਵਿੱਚ ਨਹੀਂ, ਕਿਸੇ ਵੀ ਪ੍ਰੋਬਲਮ ਆਉਂਦੀ ਹੈ ਅਸੀਂ ਉਹਨਾਂ ਦੇ ਨਾਲ ਖੜ੍ਹੇ ਹਾਂ, ਕੰਧੇ ਨਾਲ ਕੰਧਾ ਲਗਾ ਕੇ। ਖਾਸ ਕਰਕੇ ਅੰਮ੍ਰਿਤਸਰ ਦੇ ਵਿੱਚ ਵੀ ਜੇ ਕਿਸੇ ਨੂੰ ਕਿਸੇ ਦੇ ਨਵੇਂ ਵੀ ਕੋਈ ਧੱਕਾ ਹੁੰਦਾ ਤਾਂ ਅਸੀਂ ਉਹਨਾਂ ਦੇ ਨਾਲ ਖੜ੍ਹੇ ਹਾਂ, ਉਹ ਸਾਨੂੰ ਫੋਨ ਕਰਨ, ਅਸੀਂ ਉਹਨਾਂ ਦੇ ਨਾਲ ਬਿਲਕੁਲ ਖੜ੍ਹੇ ਹਾਂ। ਮੈਂ ਆਪਣਾ ਨੰਬਰ ਵੀ ਤੁਹਾਡੇ ਮਾਧਿਅਮ ਦੇ ਦਿੰਦਾ, 9884336 ਮੇਰਾ ਨੰਬਰ ਹੈ। ਕਿਸੇ ਵੇਲੇ ਵੀ ਫੋਨ ਕਰੋ, ਸਿਰਫ ਸਾਨੂੰ ਆਉਣ ਜਾਣ ਦਾ ਟਾਈਮ ਹੀ ਲੱਗਣਾ ਔਰ ਅਸੀਂ ਉੱਥੇ ਪਹੁੰਚ ਕੇ ਉਹ ਬੰਦੇ ਦਾ ਹੱਕ ਉਹਨੂੰ ਦਵਾਇਆ ਜਾਏਗਾ। ਧੱਕਾ ਕਿਸੇ ਨਾਲ ਕੀਤਾ ਨਹੀਂ ਜਾਏਗਾ ਅਤੇ ਧੱਕਾ ਕਿਸੇ ਕੋਲ ਸਿਆ ਨਹੀਂ ਜਾਏਗਾ। ਪੰਜਾਬ ਵਿੱਚ ਲੁੱਟਖੋਹ ਦੀਆਂ ਵਾਰਦਾਤਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ। ਇਸ ਦੇ ਮੱਦੇਨਜ਼ਰ ਅੰਮ੍ਰਿਤਸਰ ਵਿੱਚ ਚੋਰੀ ਦੀਆਂ ਵਾਰਦਾਤਾਂ ਦੇ ਠੱਲ ਪਾਉਣ ਲਈ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਵੱਲੋਂ ਹਦਾਇਤਾਂ ਦਿੱਤੀਆਂ ਗਈਆਂ ਨੇ, ਜਿਸ ਵਿੱਚ CIA ਸਟਾਫ ਨੂੰ ਵੱਡੀ ਸਫਲਤਾ ਹਾਸਲ ਹੋਈ। ਉਹਨਾਂ 7 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ, ਜਿਨ੍ਹਾਂ 'ਚੋਂ ਵੱਖ-ਵੱਖ ਕੰਪਨੀਆਂ ਦੇ ਕਰੀਬ 20 ਮੋਬਾਈਲ ਫੋਨ ਬਰਾਮਦ ਕੀਤੇ ਗਏ ਨੇ। CIA ਸਟਾਫ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਜਿਨ੍ਹਾਂ ਲੋਕਾਂ ਨੇ ਆਪਣੇ ਮੋਬਾਈਲ ਗੁੰਮ ਹੋਣ ਦੀ ਸ਼ਿਕਾਇਤ ਦਿੱਤੀ ਹੈ ਉਹਨਾਂ ਨੂੰ ਮੋਬਾਈਲ ਫੋਨ ਵਾਪਸ ਦਿੱਤੇ ਜਾਣਗੇ। ਇਹ ਮਾਣਯੋਗ ਸਾਡੇ ਅੰਮ੍ਰਿਤਸਰ ਕਮਿਸ਼ਨ ਦੇ ਅਧਿਕਾਰ, ਸਾਡੇ DCP ਇਨਵੈਸਟੀਗੇਸ਼ਨ, ACP ਇਨਵੈਸਟੀਗੇਸ਼ਨ ਦੇ ਸੁਪਰਵੀਜ਼ਨ, ਸਾਰੇ ਜਿਹੜੇ ਨਸ਼ਿਆਂ ਦੇ ਖਿਲਾਫ਼ ਅਤੇ ਸਨੈਚਿੰਗ ਦੇ ਓਪਰੇਸ਼ਨ ਚੱਲ ਰਹੇ ਸੀ, ਇਸੇ ਦੌਰਾਨ ਹੀ 7 ਬੰਦੇ ਜਿਹੜੇ ਗ੍ਰਿਫਤਾਰ ਕੀਤੇ ਆ, ਜਿਨ੍ਹਾਂ ਦਾ ਇੱਕ ਮੇਨ ਹੈੱਡ ਆ ਰਾਹੁਲ ਮੁਰਗੀ, ਜਿਹੜਾ ਇਹਨਾਂ ਸਾਰੇ ਗੈਂਗ ਦੇ ਨਾਲ ਸਾਰੀਆਂ ਵਾਰਦਾਂ 'ਚ ਅਪਰੇਟ ਕਰਦਾ ਸੀ। ਇਹਦੇ ਕੋਲ 550 ਗੋਲੀਆਂ ਬਰਾਮਦ ਕੀਤੀਆਂ, ਇਹਨਾਂ ਦੇ ਕੋਲੋਂ ਅਸੀਂ 20 ਮੋਬਾਈਲ ਬਰਾਮਦ ਕੀਤੇ ਆ, ਜਿਹੜੇ ਕਿ ਵੱਖ ਵੱਖ ਜਿੱਦਾਂ ਬੱਸ ਸਟੈਂਡ ਲਾਗੋਂ, ਬਟਾਲਾ ਰੋਡ ਤੋਂ, ਮਜੀਠਾ ਰੋਡ, ਰੇਲਵੇ ਸਟੇਸ਼ਨ ਲਾਗੋਂ ਜਿਹੜੇ ਸਨੈਚ ਕੀਤੇ ਸੀ, ਅਤੇ ਹੋਰ ਵੀ ਅਸੀਂ ਇਹਨਾਂ ਦੇ ਰਿਮਾਂਡ ਲੈ ਕੇ ਸਾਨੂੰ ਕਾਫੀ ਵਾਰ ਦਿੱਤਾ ਜਿਹੜੇ 'ਚ ਮੋਬਾਈਲ ਖੋਹਿਆ ਟਰੇਸ ਹੋਣ ਦੀ ਸੰਭਾਵਨਾ ਆ। ਕਰੀਬ ਰਾਹੁਲ ਮੁਰਗੀ ਦੇ ਮੁਤਾਬਕ ਕਹਿੰਦਾ ਕੋਈ 30-35 ਵਾਰ ਦਿੱਤਾ ਜਿਹੜੀਆਂ ਇਹ ਮੋਬਾਈਲ ਸਨੈਚਿੰਗ ਪਰ ਸਨੈਚਿੰਗ ਦੇ ਕੀਤੀਆਂ। ਇਹਨਾਂ ਦੇ ਜਿਨ੍ਹਾਂ ਦੇ ਸਾਡੇ ਕੋਲ ਮੋਬਾਈਲ ਆ ਗਏ, ਇਹਨਾਂ ਦੇ ਅਸੀਂ ਸਾਰੇ IMEI ਨੰਬਰ ਲੈ ਕੇ ਸਾਈਬਰ ਕ੍ਰਾਈਮ ਭੇਜਦੇ ਆ। ਜਿਨ੍ਹਾਂ ਨੇ ਕਿਸੇ ਦੇ ਕੋਲ ਨਹੀਂ ਉਤਰਾਹ ਦਿੱਤੀ, ਅਸੀਂ ਉਹਨਾਂ ਦੇ ਘਰ ਤੱਕ ਪਹੁੰਚ ਕੇ ਉਹਨਾਂ ਦੇ ਹਵਾਲੇ ਮੋਬਾਈਲ ਕਰਾਂਗੇ, ਟਰੇਸ ਕਰਕੇ ਉਹਨਾਂ ਦੇ ਹਵਾਲੇ ਕਰਾਂਗੇ। ਇਹਨਾਂ ਦੇ ਪਹਿਲਾਂ ਨਵਾਂ ਹੀ ਗੈਂਗ ਆ ਜੀ, ਇਹਨਾਂ ਦੇ ਕੋਈ ਮੁਕਦਮਾ ਦਰਜ ਨਹੀਂ। ਸਾਰਾ ਇਹ ਰਾਹੁਲ ਮੁਰਗੀ ਨੇ ਸਾਰੇ ਕੋਈ 18-20 ਸਾਲ ਤੋਂ ਦੀ ਉਮਰ ਦੇ ਸਾਰੇ ਮੁੰਡੇ ਨਵੇਂ ਸਾਰੇ ਤਿਆਰ ਕੀਤੇ। ਇਹ ਵੀ ਨਹੀਂ ਆਏ ਅਜੇ, ਨਸ਼ਾ ਵੀ ਨਹੀਂ ਕਰਦੇ। ਰਾਹੁਲ ਮੁਰਗੀ ਆਇਆ ਇੱਕ ਨਾਲ, ਇਹ ਕਰਦਾ, ਬਾਕੀ ਠੀਕ ਹੈ, ਬਾਕੀ ਨਹੀਂ।